ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਚੰਨੀ ਦੇ ਬਿਜਲੀ ਕਟੌਤੀ ਦਾ ਐਲਾਨ ਕਰਨ ਤੋਂ ਬਾਅਦ ਹੁਣ ਆ ਗਈ ਹੈ ਵੱਡੀ ਖਬਰ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਚਰਨਜੀਤ ਸਿੰਘ ਅਤੇ ਚੰਨੀ ਸਰਕਾਰ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਬਰਗਾਂ ਦੇ ਤਕਰੀਬਨ 5000 ਕਰੋੜ ਰੁਪਏ ਤੋਂ ਜ਼ਿਆਦਾ ਦੇ ਕੀਤੇ ਐਲਾਨ ਬਿਜਲੀ ਐਕਟ 2003 ਦੀ ਉਲੰਘਣਾ ਹਨ ਤੇ ਇਹ ਰੈਗੂਲੇਟਰੀ ਕਮਿਸ਼ਨ ਦੀ ਪ੍ਰਵਾਨਗੀ ਦੇ ਬਿਨਾਂ ਇਹ ਐਲਾਨੇ ਨਹੀਂ ਕੀ ਐਲਾਨੇ ਨਹੀਂ ਜਾ ਸਕਦੇ ਇਹ ਖੁਲਾਸਾ ਪੀ ਐਸ EB ਇੰਜੀਨੀਅਰਿੰਗ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਹੋਇਆ ਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਇਨਚਾਰਜ ਅਜੀਤ ਪਾਲ ਸਿੰਘ ਅਟਵਾਲ ਦੇ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਆਪਣੇ ਮਿਤੀ 28/5/21 ਦੇ ਹੁਕਮ ਦੇ ਰਾਹੀਂ ਸਾਲ 2021 ਦੇ ਲਈ ਬਿਜਲੀ ਦਰਾਂ ਤੈਅ ਕੀਤੀਆਂ ਸਨ ਇਹ ਦਰਾਂ ਪਾਵਰਕਾਮ ਦੀ A R R ਅਤੇ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਵਰਗਾਂ ਨੂੰ ਸਬਸਿਡੀ ਦੇ ਇਵਜ਼ਾ ਵਿੱਚ ਅਦਾਇਗੀ ਦੇ ਆਧਾਰ ਤੇ ਤੈਅ ਕੀਤੀਆਂ ਗਈਆਂ ਸਨ ਪੰਜਾਬ ਸਰਕਾਰ ਦੇ ਚਾਲੂ ਵਿੱਤੀ ਸਾਲ ਵਿੱਚ ਪਾਵਰਕਾਮ ਦੇ ਸਬਸਿਡੀ ਦੇ ਸਾਢੇ 17000 ਕਰੋੜ ਤੋਂ ਉੱਪਰ ਰੁਪਏ ਦੇਣੇ ਹਨ ਤੇ ਜਿਸ ਤੋਂ ਅਕਤੂਬਰ 31 ਤੱਕ 10284 ਕਰੋੜ ਰੁਪਏ ਦੇਣੇ ਸਨ ਪਰ ਸਿਰਫ 5647 ਕਰੋੜ ਰੁਪਏ ਦਿੱਤੇ ਗਏ ਤੇ ਹਾਲੇ ਵੀ ਪੰਜਾਬ ਸਰਕਾਰ ਨੇ 4167 ਕਰੋੜ ਰੁਪਏ ਦੇਣੇ ਹਨ ਪੰਜਾਬ ਸਰਕਾਰ ਦੇ ਵੱਲੋਂ ਇਹ ਅਦਾਇਗੀ ਨਾ ਕਰਨ ਕਾਰਨ ਪਾਵਰਕਾਮ ਵਿੱਤੀ ਸੰਕਟ ਦੇ ਵਿੱਚ ਕੈਰ ਗਿਆ ਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਅਦਾਇਗਾਂ ਲਟਕ ਗਈਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬਜਾਏ ਪੰਜਾਬ ਸਰਕਾਰ ਨੂੰ ਬਕਾਇਆ ਰਾਸੀ ਦੀ ਅਦਾਇਗੀ ਦੇ ਲਈ ਆਖਣ ਦੇ ਪਾਵਰਕਾਮ ਮੈਨੇਜਮੈਂਟ ਨੇ ਡਿਫਾਲਟ ਰੱਖ ਹਫ਼ਤਕਾਰਾਂ ਦੇ 1500 ਕਰੋੜ ਰੁਪਏ ਮਾਫ ਕਰ ਦਿੱਤੇ ਹਨ ਅਤੇ ਹੁਣ ਪੰਜਾਬ ਸਰਕਾਰ ਦੇ ਕਹਿਣ ਤੇ ਬਿਜਲੀ ਡਰਾਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਜਾ ਦੇ ਨਾਲ 3300 ਕਰੋੜ ਰੁਪਏ ਦਾ ਹੋਰ ਘਾਟਾ ਪਵੇਗਾ ਇਸ ਤੋਂ ਇਲਾਵਾ 2000 ਕਰੋੜ ਰੁਪਏ ਦੇ ਬਕਾਇਆ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲਾਂ ਤੇ ਪਏ ਹਨ ਤੇ 137 ਕਰੋੜ ਰੁਪਏ ਐਸ ਸੀ ਅਤੇ ਬੀ ਸੀ ਪਰਿਵਾਰਾਂ ਅਤੇ ਬਿਜਲੀ ਬਿੱਲਾਂ ਦੀ ਮਾਫੀ ਜੋ ਕਿ ਸਾਲ 2016 ਦੇ ਵਿੱਚ ਕੀਤੀ ਗਈ ਤੇ ਉਹਦੇ ਹਾਲੇ ਤੱਕ ਲਟਕ ਰਹੇ ਹਨ ਉਹਨਾਂ ਨੇ ਕਹਿ ਕੇ ਹੁਣ ਜੋ 4800 ਕਰੋੜ ਰੁਪਏ ਅਤੇ ਵਾਧੂ ਸਬਸਿਡੀ ਦੀ ਆਗਿਆ ਪਾਵਰਕੋਮ ਦੇ ਰਿਹਾ ਤੇ ਹੁਣ ਟ੍ਰੈਫਿਕ ਆਰਡਰ ਦਾ ਹਿੱਸਾ ਨਹੀਂ ਹੈ ਤੇ ਨਾਹੀ ਇਸ ਵਾਰ ਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਅਥਾਰਟੀ ਨੇ ਪ੍ਰਵਾਨਗੀ ਦਿੱਤੀ ਹੈ ਤੇ ਇਹ ਬਿਜਲੀ ਐਕਟ 2003 ਦੀ ਉਲੰਘਣਾ ਹੈ ਅਤੇ ਇਹ ਹੋਰ ਵੀ ਗੰਭੀਰ ਮਾਮਲਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਨਾਂ ਤਾਂ ਕੀਤੇ ਕਿ ਵਾਅਦੇ ਦੇ ਪਹਿਲਾਂ ਦੇ ਸਬਸਿਡੀ ਵਾਲੇ ਪੈਸੇ ਨਹੀਂ ਦਿੱਤੇ ਦੇਖਦੇ ਨਾਲ ਕੰਪਨੀ ਦੀ ਵਿੱਤੀ ਹਾਲਤ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਹੈ